ਤੇ ਹੁਣ JNU ਯੂਨੀਵਰਸਿਟੀ ਵਿਵਾਦ ਦੀ ਗੱਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮੁੱਦਾ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਤੋਂ ਬਾਅਦ ਆਮ ਲੋਕਾਂ 'ਚ ਵੀ ਗਰਮਾਉਂਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਬਠਿੰਡਾ 'ਚ JNU ਵਿਦਿਆਰਥੀ ਸੰਘ ਤੇ ਅਫਜ਼ਲ ਗੁਰੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ JNU ਵਿਦਿਆਰਥੀ ਸੰਘ ਤੇ ਅਫਜ਼ਲ ਗੁਰੂ ਦੇ ਹੱਕੀ ਨਾਅਰੇਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ JNU ਯੂਨੀਵਰਸਿਟੀ ਦਾ ਮਾਮਲਾ ਹੈਗਾ ਉਹਦੇ ਅਸੀਂ ਖਿਲਾਫ਼ ਇਕੱਠੇ ਹੋਏ ਆ ਜਿਹੜੇ ਦੇਸ਼ ਦੇ ਗਰਦਾਰ ਨੇ ਉਹਨਾਂ ਨੂੰ ਫਾਂਸੀ ਦੇਣ ਦੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਉੱਥੋਂ ਬਾਹਰ ਕੱਢਣਾ ਚਾਹੀਦਾ ਹੈ ਕਿ ਦੇਸ਼ ਦੇ ਵਿੱਚ ਵੱਡੇ ਹੋ ਕੇ ਉਹਨਾਂ ਦੀਆਂ ਸਬਸਿਡੀਆਂ ਲੈ ਕੇ ਅੱਜ ਇਹ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਆ ਇਹ ਕਿੱਥੋਂ ਦਾ ਇਹ ਪੜ੍ਹੇ ਲਿਖੇ ਕਿੱਥੋਂ ਦੇ ਹੋਸ਼ ਦਿਖਾ ਰਹੇ ਆ ਆਪਦੀ ਕਿਹੜੀ ਵਿਅਕਤੀ ਆਜ਼ਾਦੀ ਦੀ ਵਿਅਕਤੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਆ ਇਹ ਜਿਨ੍ਹਾਂ ਨੂੰ ਆਪਦੇ ਘਰ ਦਾ ਹੀ ਨਹੀਂ ਪਤਾ ਹੈ ਵੀ ਸਾਡਾ ਘਰ ਤੋੜ ਰਹੇ ਆ ਅਸੀਂ ਆਪਦੇ ਪੈਰ 'ਤੇ ਕੁਲਹਾੜੀ ਮਾਰ ਰਹੇ ਹਾਂ ਉਹ ਇਹ ਆਜ਼ਾਦੀ ਦੀਆਂ ਗੱਲਾਂ ਕਰਦੇ ਆ ਆਜ਼ਾਦੀ ਤੋਂ ਪਹਿਲਾਂ ਆਪਦਾ ਘਰ ਤਾਂ ਸੰਭਾਲ ਲਓ ਪਹਿਲਾਂ